ਆਪਣੇ ਦੁਕਾਨ ਤੇ ਬਿੱਲ ਬਣਾਉਂਦਾ ਸੀ। ਸਡਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ, ਫਿਰ ਆਹ ਗੱਲਾਂ ਗੁੱਲਾਂ ਦੋਨੋਂ ਪੇਟੀ ਪੂਟੀ ਤੋਂ ਰੋਲੀ ਆ। ਗਨ ਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ, ਡੀਵੀਆਰ ਵਗੈਰਾ ਕਿੱਥੇ, ਉਹ ਕਢਾਇਆ ਉਹਨਾਂ ਨੇ ਦੌੜੇ ਪੈ। ਤੁਹਾਨੂੰ ਨੁਕਸਾਨ ਦਾ ਅੰਦਾਜ਼ਾ ਹਜੇ ਨਹੀਂ ਲਾਇਆ ਜਾ ਸਕਦਾ, ਦੇਖ ਕੇ ਪਤਾ ਲੱਗਦਾ। ਥੋੜ੍ਹਾ ਬਹੁਤਾ ਕੈਸ਼ ਸੀਗਾ, ਥੋੜ੍ਹਾ ਬਹੁਤਾ ਸਮਾਨ ਸੀਗਾ, ਉਹਨਾਂ ਅੰਦਾਜ਼ਾ ਦੇਖ ਕੇ ਹੀ ਲਾਇਆ ਜਾ ਸਕਦਾ, ਇੱਦਾਂ ਨਹੀਂ ਪਤਾ। ਕੋਈ ਅੰਦਾਜ਼ਾ ਨਹੀਂ ਸ਼ਾਹੀ, ਸੁਨਿਆਰਿਆਂ ਗੱਲੇ ਤੁਹਾਨੂੰ ਪਤਾ ਪਿਆ ਹੁੰਦਾ ਵਾ, ਕੋਈ ਹਿਸਾਬ ਤੇ ਹੁੰਦਾ ਨਹੀਂ ਰਬੜ ਦੇ। ਬੱਸ ਸਟੈਂਡ ਦੇ ਸਾਹਮਣੇ ਖੂਹ ਹੋ ਗਈ ਹੈ ਗਨ ਪੁਆਇੰਟ ਤੇ, ਤੇ ਮੌਕੇ ਦੇਖਿਆ ਜਾ ਕੇ ਉਹਦੇ ਅਤੁਲ ਕੁਮਾਰ ਸੀ ਦੁਕਾਨ ਦਾ ਮਾਲਕ, ਉਹਨੇ ਦੱਸਿਆ ਵੀ ਮੇਰੀ ਚੈਨੀ ਖੋ ਕੇ ਲਈ, ਤੈਨੂੰ ਉਹਨੇ ਮੋਟਰਸਾਈਕਲ 'ਤੇ ਆਏ ਸੀ ਸਪਲੈਂਡਰ 'ਤੇ, ਮੈਨੂੰ ਲੈ ਕੇ ਗਨ ਪੁਆਇੰਟ 'ਤੇ ਮੇਰੀ ਚੈਨੀ ਡਾਹ ਰਹੀ, ਮੇਰੀ ਡਾਇਮੰਡ ਦੀ ਮੁੰਦਰੀਆਂ ਸੀ, ਦੋ ਡੇਢ ਲੱਖ ਰੁਪਇਆ ਕੈਸ਼ ਸੀ, ਬਾਕੀ ਹੋਰ ਸਮਾਨ ਸੀ, ਅਤੇ ਨਾਲ ਹੀ ਡੀ ਵੀ ਆਰ ਵਗੈਰਾ ਨਾਲ ਲਾ ਕੇ ਲੈ ਗਏ। ਬਾਕੀ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ, ਜਲਦੀ ਦੋਸ਼ੀ ਫੜ ਲਏ ਜਾਣਗੇ।